ਹੈਲੋ, ਸਤਿ ਸ਼੍ਰੀ ਅਕਾਲ ਜੀ, ਮੇਰੇ ਭਰਾ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਰਾਜ ਸਿੰਘ ਚੀਡਾ। ਮੈਂ ਜੀ ਤੁਹਾਨੂੰ ਜਿੰਮ ਰਿਕੋਰਡਿੰਗ ਕੋਈ ਗੱਲ ਕਰਨਾ ਚਾਹੁੰਦਾ ਹਾਂ, ਜਿਹਦੇ ਵਿੱਚ ਜਿਹੜੇ ਮੇਰੇ ਵੀਰ ਜਿੰਮ ਲਾਉਂਦੇ ਆ, ਮੇਨ ਇੱਕ ਗੱਲ ਜ਼ਰੂਰੀ ਹੈ ਦੱਸਣਾ ਚਾਹੁੰਦਾ ਮੈਂ, ਮੇਰੇ ਵੀਰ ਕਰਦੇ ਕੀ ਆ, ਸਾਰੇ ਜਿਹੜੇ ਜਿੰਮ ਲਾਉਂਦੇ ਆ ਉਹਨਾਂ ਜਿਹੜੇ ਜਿੰਮ ਆਉਂਦੇ ਆ ਉਹ ਉਹਨਾਂ ਨੂੰ ਡਿਸਪਲਿਨਾਂ ਨੂੰ ਫੋਲੋ ਨਹੀਂ ਕਰਦੇ ਕਿ ਜਿਹੜਾ ਆਪਾਂ ਵੇਟ ਲਾਉਂਦੇ ਹਾਂ ਉਹ ਵੇਟ ਦੀ ਕਦਰ ਨਹੀਂ ਕਰਦੇ। ਕੀ ਕਰਦੇ ਆ ਉਹਨਾਂ ਨੂੰ, ਜਦੋਂ ਵੇਟ ਲਾਉਂਦੇ ਆ ਉਦੋਂ ਜਾਂ ਤਾਂ ਆਪਣੀ ਕਪੈਸਿਟੀ ਤੋਂ ਵੱਧ ਵੇਟ ਚੱਕ ਕੇ ਉਹਨਾਂ ਦਾ ਸਹੀ ਤਰੀਕੇ ਨਾਲ ਉਹਨਾਂ ਨੂੰ ਰੱਖਦੇ ਨਹੀਂ ਆ, ਉਹਨਾਂ ਨੂੰ ਇੱਦਾਂ ਸੁੱਟ ਦਿੰਦੇ ਥੱਲੇ ਜਿੱਦਾਂ ਨਾ ਪਤਾ ਨਹੀਂ ਕੀ ਹੁੰਦਾ ਹੈ ਉਹਨਾਂ ਨੂੰ, ਕਿ ਉਹ ਆਪਣੀ ਐਕਸਰਸਾਈਜ਼ ਨਹੀਂ ਹੈਵੀ ਲਾ ਸਕਦੇ। ਲਾਈਟ ਲਾਓ, ਹਲਕੇ ਡੰਬਲ ਲਾ ਲਓ, ਕੋਈ ਭਾਰੇ ਲਾਉਣ ਦੀ ਲੋੜ ਨਹੀਂ ਹੈ, ਕਿਸੇ ਨੂੰ ਦਿਖਾਉਣ ਦੀ ਵੀ ਲੋੜ ਨਹੀਂ ਹੁੰਦੀ ਕਿ ਅਸੀਂ ਬੋਡੀ ਬਣਾ ਰਹੇ ਹਾਂ ਜਾਂ ਬਣਾ ਰਹੇ ਹਾਂ, ਆਪਣੇ ਵਾਸਤੇ ਬਣਾ ਰਹੇ ਹੋ, ਪਰ ਤੁਸੀਂ ਆਪਣੇ ਵੇਟ ਦੇ ਹਿਸਾਬ ਨਾਲ ਐਕਸਰਸਾਈਜ਼ ਲਾਓ ਜਿੰਨਾ ਕੁ ਤੁਹਾਡੇ ਕੋਲ ਲੱਗਦਾ ਹੈ, ਨਾ ਕਿ ਤੁਸੀਂ ਦੋ ਲੋਕਾਂ ਨੂੰ ਦਿਖਾਉਣ ਵਾਸਤੇ ਭਰ ਲਾਵਾ ਹੈ। ਜਿੰਨੀ ਤੁਹਾਡੇ ਸਟੈਮਿਨਾ ਜਾਂ ਪਾਵਰ ਆ, ਜਿੰਨੀ ਕੁ ਤੁਹਾਡੀ ਕੋਲ ਪਾਵਰ ਨਹੀਂ, ਉਹਨਾਂ ਡੰਬਲ ਵੇਟ ਚੁੱਕੋ ਅਤੇ ਉਹਨੂੰ ਉਹਦੇ ਹਿਸਾਬ ਨਾਲ ਹੀ ਰੱਖੋ ਥੱਲੇ। ਕਰਦੇ ਕੀ ਆ ਕਿ ਜਿਹੜਾ ਜਿੰਮ ਦੇ ਵਿੱਚ ਆਉਂਦੇ ਆ ਕਿ ਹੈਵੀ ਤੋਂ ਹੈਵੀ ਡੰਬਲ ਫੜਨ ਦੀ ਵੇਟ ਪਾਉਣ ਦੀ ਕੋਸ਼ਿਸ਼ ਕਰਦੇ ਆ, ਅਤੇ ਜਿਹੜਾ ਨਹੀਂ ਲੱਗਦਾ ਤਾਂ ਉਹਨੂੰ ਸੁੱਟ ਦਿੰਦੇ ਥੋੜ੍ਹੇ ਜਿਹੇ ਮੇਨ 'ਤੇ, ਜਿਹਦੇ ਨਾਲ ਵੇਟ ਖਰਾਬ ਹੁੰਦਾ, ਟੁੱਟਦਾ ਏ ਖਰਾਬ ਹੁੰਦਾ ਏ। ਇਹਨੂੰ ਆਪਣਾ ਸਮਝ ਕੇ ਲਾਓ, ਇਹਨੂੰ ਆਪਣਾ ਸਮਝ ਕੇ ਵੇਟ ਨੂੰ ਕਰੋ, ਨਾ ਕਿ ਇਹ ਜਿੰਮ ਦੇ ਮਾਲਕ ਦਾ ਸਮਝ ਕੇ ਲਾਓ ਕਿ ਮੈਂ ਪੈਸੇ ਦਿੱਤੇ ਆ ਫੀਸ ਦੇ, ਜਿੰਮ ਦੇ ਪੈਸੇ ਦਿੱਤੇ ਆ ਅਤੇ ਮੈਂ ਜਿੱਦਾਂ ਮਰਜ਼ੀ ਨੂੰ ਵਰਤ ਸਕਦਾ ਹਾਂ। ਇਹ ਨਾ ਸੋਚੋ ਕਿ ਮੈਂ ਜਿੰਮ ਦੇ ਵਿੱਚ ਪੈਸੇ ਫੀਸ ਦਿੱਤੀ ਆ, ਜਿੰਮ ਦੀ ਫੀਸ ਦਿੱਤੀ ਆ ਅਤੇ ਇਹਨੂੰ ਜਿੱਦਾਂ ਮਰਜ਼ੀ ਸੁੱਟੇ ਜਾਵਾਂ। ਬਸ ਇਹ ਆ ਕਿ ਇੱਕ ਇਹਨੂੰ ਆਪਾਂ ਜਿੰਨਾ ਕੁ ਤੁਸੀਂ ਵੇਟ ਚੱਕ ਸਕਦੇ ਹੋ ਜਾਂ ਲਾ ਸਕਦੇ ਹੋ ਓਨਾ ਹੀ ਚੁੱਕੋ ਅਤੇ ਉਹਨੂੰ ਓਨਾ ਹੀ ਹੌਲੀ ਤਰੀਕੇ ਨਾਲ ਰੱਖੋ। ਇਹ ਨਹੀਂ ਆ ਕਿ ਇਹਨੂੰ ਐਂ ਸੁੱਟ ਦਿਓ ਕਿ ਕੋਈ ਮਤਲਬ ਕਿ ਬਗਾਨੀ ਆ ਫੇਕੜੀ ਸਾਡੀ ਥੋੜ੍ਹੀ ਹੈਗੀ ਆ, ਐਂ ਸੁੱਟ ਦਿੰਦੇ ਹੈ ਨਾ। ਮੇਨ ਗੱਲ ਉਹਨੂੰ ਚੱਕੋ, ਧਿਆਨ ਨਾਲ ਰੱਖੋ ਅਤੇ ਧਿਆਨ ਨਾਲ ਹੀ ਰੱਖੋ, ਵੇਟ ਨੂੰ ਸਾਂਭ ਕੇ ਵੀ ਜਾਓ, ਕਿਉਂਕਿ ਇਹ ਸੋਚਦੇ ਕਿ ਅਸੀਂ ਪਤਾ ਨਹੀਂ ਇੱਕ ਦੋ ਦਿਨਾਂ 'ਚ ਕੀ ਕਰ ਲੈਣਾ ਕੀ ਨਹੀਂ ਕਰਨਾ। ਇਹ ਕੰਮਾਂ ਛੱਡੋ ਤੁਸੀਂ, ਜਿਹੜੀਆਂ ਇਹ ਗੱਲਾਂ ਨਹੀਂ ਕਰਨੀਆਂ ਸਹੀ ਨਹੀਂ ਲੱਗਦੀਆਂ ਕਿ ਜਦੋਂ ਡੰਬਲ ਆਪਣੇ ਕੋਲ ਇੰਨਾ ਕੁ ਚੱਕਿਆ ਜਾਂਦਾ ਹੈ, 15 ਕਿਲੋ ਚੱਕਦੇ ਮੈਂ 20 ਚੱਕਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਚੱਕ ਕੇ ਸੁੱਟ ਦਿੰਦੇ ਥੱਲੇ ਜ਼ਮੀਨ 'ਤੇ। ਸੁੱਟਣਾ ਨਹੀਂ ਚਾਹੀਦਾ ਉਹਨੂੰ, ਜੇ ਸੁੱਟਣਾ ਹੈ ਤਾਂ ਫਾਇਦਾ ਕੋਈ ਨਹੀਂ ਆ। ਜੇ ਤਾਂ ਪਾਵਰ ਨਹੀਂ ਹੈਗੀ ਤਾਂ ਇੰਨਾ ਹੈਵੀ ਨਾ ਹੀ ਚੱਕੋ, ਸੁੱਟਣਾ ਨਹੀਂ ਡੰਬਲ ਥੱਲੇ, ਡੰਬਲ ਸੁੱਟ ਦਿੰਦੇ ਹੋ ਕੀ ਫਾਇਦਾ, ਉਹ ਟੁੱਟੂਗਾ ਤੁਹਾਡਾ ਨਹੀਂ ਆ, ਮਾਲ ਤਾਂ ਟੁੱਟੂਗਾ, ਕੀ ਫਾਇਦਾ ਹੈ। ਇੱਦਾਂ ਨਾ ਕਰਿਆ ਕਰੋ, ਪਲੀਜ਼ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ, ਮੈਂ ਵੀਰਾਂ ਨੂੰ ਕਿ ਗਾਂਹ ਤੱਕ ਤੁਸੀਂ ਸ਼ੇਅਰ ਕਰੋ, ਉਹਨੂੰ ਦੱਸੋ ਕਿ ਤੁਸੀਂ ਜਦੋਂ ਆਪਣਾ ਵੇਟ ਚੱਕਣਾ ਹੈ ਉਹਨੂੰ ਲਾਈਟਲੀ ਚੁੱਕੋ, ਜੇ ਨਹੀਂ ਹੈਵੀ ਚੁੱਕਿਆ ਜਾਂਦਾ ਤਾਂ ਜੇ ਚੁੱਕ ਵੀ ਲਿਆ ਹੈਵੀ ਨੂੰ ਰੱਖੋ ਤਰੀਕੇ ਨਾਲ, ਸੁੱਟੋ ਉਹਨਾਂ ਨੂੰ ਥੋੜ੍ਹੇ ਜ਼ਮੀਨ 'ਤੇ, ਤੋੜੋ ਉਹਨਾਂ ਨੂੰ, ਆਪਣਾ ਸਮਝ ਕੇ ਲਾਓ। ਚਲੋ, ਥੈਂਕ ਯੂ ਸਰ, ਮਿਹਰਬਾਨੀ। ਜੇ ਤੁਸੀਂ ਤੁਹਾਨੂੰ ਜੀ ਗੱਲਾਂ ਮੇਰੀ ਸਹੀ ਲੱਗੀਆਂ ਹੋਊਗੀਆਂ, ਗਾਂਹ ਸ਼ੇਅਰ ਕਰਿਓ, ਮਿਹਰਬਾਨੀ ਜੀ। ਓਕੇ।